ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਤੇ ਆਹ ਦੇਖੋ ਬਾਈ ਟੋਕੇ ਵਾਲੀ ਮਸ਼ੀਨ ਆਪਣੀ ਠੀਕਾ ਪਹਿਲਾਂ ਤੁਸੀਂ ਇਹ ਦੇਖੋ ਸਾਰੀ ਮੋਟਰ ਨੂੰ ਆਪਾਂ ਰੰਗ ਕਰਤਾ ਇਹਨੂੰ ਉਹ ਤੁਹਾਨੂੰ ਆਪਾਂ ਮਸ਼ੀਨ ਦੇ ਨਾਲ ਹੀ ਦਿਖਾਵਾਂਗੇ ਤੇ ਹੁਣ ਆਪਾਂ ਰੰਗ ਕਰਨਾ ਇਹਨੂੰ ਘਰੀ ਇਹਨੂੰ ਪੂਰਾ ਜਿਹਾ ਰੰਗ ਕਰਕੇ ਪ੍ਰੋਪਰ ਨਵੀਂ ਬਣਾ ਲੈਣੀ ਆ ਤੇ ਆਪਾਂ ਤੁਹਾਨੂੰ ਉਹ ਵੀ ਪੂਰਾ ਪ੍ਰੋਪਰ ਦਿਖਾਵਾਂਗੇ ਪਹਿਲਾਂ ਤੁਸੀਂ ਆਹ ਦੇਖ ਲਓ ਸਾਰੀ ਬਿਲਕੁਲ ਆ ਜਿਵੇਂ ਜਰਦੀ ਖਾਧੇ ਪੈਣ ਟੱਪ ਬਿਲਕੁਲ ਦੇਖ ਸਕਦੇ ਹੋ ਲੈ ਠੀਕ ਆ ਆ ਜਰ ਲੱਗੀ ਪਈ ਆ ਇਹਨੂੰ ਕਾਫੀ ਪੁਰਾਣੀ ਮਸ਼ੀਨ ਹੈ ਇਹ ਤੇ ਆਪਾਂ ਇਹਨੂੰ ਨਵੀਂ ਬਣਾਉਣਾ ਬਿਲਕੁਲ ਰੰਗ ਰੁੰਗ ਕਰਕੇ ਐਨ ਗੰਡਾਸੇ ਗੰਡੂਸੇ ਐਨ ਓਕੇ ਕਰਕੇ ਸਾਰਾ ਕੁਝ ਵਧੀਆ ਬਣਾ ਕੇ ਇਹਨੂੰ ਪੂਰੀ ਟਿਪ ਟੋਪ ਬਣਾ ਕੇ ਇਹਨੂੰ ਨਵੀਂ ਐਨ ਐਂ ਕਹੋਗੇ ਵੀ ਹਾਂ ਨਵੀਂ ਮਸ਼ੀਨ ਆ ਇਹ ਠੀਕ ਆ ਤੇ ਹੁਣ ਆਪਾਂ ਤੁਹਾਨੂੰ ਇਹ ਦਿਖਾਵਾਂਗੇ ਜਿਹੜੀ ਆਪਾਂ ਰੰਗ ਕਰੀ ਆ ਵੀ ਤੁਸੀਂ ਫਿਰ ਫਰਕ ਦੱਸਿਓ ਕਿੰਨਾ ਕੁ ਪਿਆ ਠੀਕ ਆ ਪੂਰਾ ਟੋਪ ਦਾ ਆਪਾਂ ਰੰਗ ਕਰਨਾ ਇਹਨੂੰ ਤੇ ਠੀਕ ਆ ਜੀ ਹੁਣ ਆਪਾਂ ਤੁਹਾਨੂੰ ਮਿਲਾਂਗੇ ਜਦੋਂ ਮਸ਼ੀਨ ਨੂੰ ਰੰਗ ਕਰਤਾ ਕਿਉਂਕਿ ਦੋ ਤਿੰਨ ਦਿਨ ਲੱਗ ਜਾਣਾ ਕਿਉਂਕਿ ਸਾਰੀ ਇਹ ਸਾਫ ਕਰਨੀ ਆ ਰੇਗਮਾਰ ਮਾਰਨਾ ਇਹਦੇ ਉੱਪਰ ਸਾਰਾ ਐਨ ਪ੍ਰੋਪਰ ਐਨ ਵਧੀਆ ਪ੍ਰੋਪਰ ਰੰਗ ਕਰਨਾ ਕਾਹਲੀ ਨਹੀਂ ਕਰਨੀ ਹੈਗੀ ਐਨ ਪੂਰੀ ਗੱਲਬਾਤ ਬਣਾਉਣੀ ਆ ਅਤੇ ਫਿਰ ਰੰਗ ਰੁੰਗ ਕਰਕੇ ਫਿਰ ਤੁਹਾਨੂੰ ਆਪਾਂ ਸਾਰੀ ਇਹ ਦਿਖਾਵਾਂਗੇ ਫਿਰ ਤੁਸੀਂ ਦੱਸਿਓ ਵੀ ਹਾਂ ਕਿਵੇਂ ਬਣੀ ਆ ਕਿਉਂਕਿ ਅੱਧੀ ਜਾਨ ਤਾਂ ਮਤਲਬ ਮਸ਼ੀਨ ਦੇ ਵਿੱਚ ਅੱਧੀ ਜਾਨ ਪੈਣੀ ਆ ਮੰਨ ਲਓ ਜੋ ਰੰਗ ਹੋ ਗਿਆ ਨਾ ਇਹਨੂੰ ਸਮਝ ਲਓ ਦੁਬਾਰਾ ਜਨਮ ਹੋ ਗਿਆ ਫਿਰ ਅਤੇ ਠੀਕ ਆ ਜੀ ਹੁਣ ਤੁਹਾਨੂੰ ਆਪਾਂ ਮਿਲਾਂਗੇ ਜਦੋਂ ਵੀਡੀਓ ਵਿੱਚ ਮੰਨ ਲਓ ਆਪਾਂ ਮਸ਼ੀਨ ਨੂੰ ਪ੍ਰੋਪਰ ਰੰਗ ਕਰਤਾ ਫਿਰ ਆਪਾਂ ਪ੍ਰੋਪਰ ਤੁਹਾਨੂੰ ਉਹ ਵੀਡੀਓ ਦਿਖਾਵਾਂਗੇ ਅਤੇ ਹੁਣ ਤੁਸੀਂ ਮਸ਼ੀਨ ਦੀ ਲੁੱਕ ਦੇਖ ਸਕਦੇ ਹੋ ਠੀਕ ਆ ਹੁਣ ਆਪਾਂ ਨੂੰ ਬਣਾਉਣ ਨਵੀਂ ਹੁਣ ਤੁਹਾਨੂੰ ਨਵੀਂ ਮਸ਼ੀਨ ਨਾਲ ਮਿਲਾਂਗੇ ਕਹਿਣ ਦਾ ਮਤਲਬ ਹਾਂਜੀ ਦੋਸਤੋ ਪਹਿਲਾਂ ਜਿਹੜੀ ਆਪਾਂ ਤੁਹਾਨੂੰ ਮਸ਼ੀਨ ਦਿਖਾਈ ਤੀ ਨਾ ਉਹ ਤੁਹਾਨੂੰ ਉਹ ਬਿਨਾਂ ਰੰਗ ਤੋਂ ਦਿਖਾਈ ਤੀ ਵੀ ਰੰਗ ਬਿਨਾਂ ਕਰ ਇਹੀ ਜੀ ਲੱਗਦੀ ਆ ਹੁਣ ਆਪਾਂ ਨੂੰ ਰੰਗ ਕਰਤਾ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜੀ ਨਵੀਂ ਲੁੱਕ ਵੀ ਕਿੰਨੀ ਕੁ ਵਧੀਆ ਬਣ ਗਈ ਅੱਜ ਤੁਹਾਨੂੰ ਨਵੀਂ ਲੁੱਕ ਦਿਖਾਉਂਦੇ ਰੰਗ ਕਰਕੇ ਲਓ ਵੀ ਮਿੱਤਰੋ ਦੇਖੋ ਫਿਰ ਨਿਊ ਲੁੱਕ ਮਸ਼ੀਨ ਦੀ ਦੇਖੋ ਫਿਰ ਗੱਲ ਵੀ ਲਿਖਤਾ ਆਪਾਂ ਨੇ ਚੱਕੋ ਬਣੀਆਂ ਗੱਲ ਪ੍ਰਿੰਟਰ ਆਪ ਹੀ ਤੀ ਤਾਂ ਕਰਕੇ ਗਿੱਲ ਥੋੜ੍ਹਾ ਜਿਹਾ ਉੱਪਰ ਨੂੰ ਜਾਂਦਾ ਬਾਕੀ ਦੇਖੋ ਡਿਫਰੈਂਸ ਦੱਸੋ ਲੱਗਿਆ ਮਾੜਾ ਮੋਟਾ ਚੱਕੋ ਇੱਧਰ ਵੀ ਕਰਤਾ ਸਾਰਾ ਦੱਸਿਓ ਬਾਈ ਕਮੈਂਟ ਕਰਕੇ ਵੀ ਕਿਵੇਂ ਲੱਗੀ ਵਧੀਆ ਬਣੀ ਆ ਇੱਧਰੋਂ ਨਹੀਂ ਲੁੱਕ ਜ਼ਿਆਦਾ ਆਉਂਦੀ ਆ ਮੈਨੂੰ ਲੱਗਦਾ ਥੋੜ੍ਹੀ ਜਿਹੀ ਕਹਿੰਦੇ ਹੁੰਦੇ ਗਲੋਕਸੀ ਕਰਨੀ ਕੀ ਕਹਿੰਦੇ ਹੁੰਦੇ ਨੇ ਚੱਕੇ ਚੱਕ ਇਹਨਾਂ ਨੂੰ ਗਿੱਲ ਲੁੱਕ ਜਾਂਦਾ ਹੈ ਠੀਕ ਆ ਵੀ ਦੋਸਤੋ ਇਹ ਵੀਡੀਓ ਨੂੰ ਕਰਦੇ ਹਾਂ ਇੱਥੇ ਐਂਡ ਅਤੇ ਠੀਕ ਆ ਜੀ ਮਿਲਾਂਗੇ ਨਵੀਂ ਵੀਡੀਓ 'ਚ ਅਤੇ ਜਿਹਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਿਓ ਅਤੇ ਜੇ ਵੀਡੀਓ ਸੋਹਣੀ ਲੱਗੀ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਆ ਜੀ ਧੰਨਵਾਦ ਜੀ